ਦੋਸਤੋ ਕੱਲ ਨੂੰ ਕਲਰਕ ਆਈਟੀ ਕਲਰਕ ਅਕਾਊਂਟਸ ਦਾ ਪੇਪਰ ਹੋਣ ਜਾ ਰਿਹਾ ਹੈ ਟ੍ਰਿਪਲ ਐਸ ਵੀ ਬੋਰਡ ਪੰਜਾਬ ਦੇ ਵੱਲੋਂ ਕਈ ਕੈਂਡੀਡੇਟਸ ਨੂੰ ਜੋ ਰੋਲ ਨੰਬਰ ਦੇ ਪ੍ਰਤੀ ਦਿੱਕਤ ਆ ਰਹੀ ਹੈ ਕਿ ਉਹਨਾਂ ਤੋਂ ਡਾਊਨਲੋਡ ਨਹੀਂ ਕੀਤਾ ਜਾ ਰਿਹਾ ਕਿਉਂਕਿ ਅੱਜ ਜੋ ਹੈ ਬੋਰਡ ਵੱਲੋਂ ਵੈਬਸਾਈਟ ਦੇ ਉੱਪਰ ਸੈਂਟਰ ਲਿਸਟ ਦੇ ਨਾਲ ਰੋਲ ਨੰਬਰ ਅਪਲੋਡ ਕੀਤੇ ਨੇ ਇਸ ਕਰਕੇ ਉਹ ਡਾਊਨਲੋਡ ਰੋਲ ਨੰਬਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੇ ਮੈਂ ਤੁਹਾਨੂੰ ਦੱਸਾਂਗਾ ਕਿਸ ਤਰ੍ਹਾਂ ਤੁਸੀਂ ਉਹ ਰੋਲ ਨੰਬਰ ਡਾਊਨਲੋਡ ਕਰ ਸਕਦੇ ਹੋ ਪੂਰੀ ਵੀਡੀਓ ਦੇਖਣਾ ਅੰਤ ਤੱਕ ਇਹ ਇੱਕ ਅਸੀਂ ਟੈਲੀਗ੍ਰਾਮ ਚੈਨਲ ਸ਼ੁਰੂ ਕੀਤਾ ਹੈ ਇਸ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰਕੇ ਰੱਖੋ ਜਿੱਥੇ ਅਸੀਂ ਹਰ ਇੱਕ ਵੀਡੀਓ ਦੀ ਲਿੰਕ ਪਾਉਣੀ ਆ ਤੇ ਕੋਈ ਵੀ ਲਿਸਟ ਹੁੰਦੀ ਹੈ ਕੋਈ ਲਿੰਕ ਹੁੰਦਾ ਹੈ ਉਹ ਅਸੀਂ ਅਪਲੋਡ ਕਰਦੇ ਹਾਂ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਇਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗਾ ਤੁਸੀਂ ਉੱਥੋਂ ਲਿੰਕ ਤੇ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ ਅਗਰ ਹਾਲੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਕਿਉਂਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਾਮੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਸਾਮੀ ਸੰਬੰਧੀ ਜਾਣਕਾਰੀ ਦਾ ਕੋਈ ਵੀ ਪੇਪਰ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਕੋਈ ਅਪਡੇਟ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਅਸੀਂ ਚੈਨਲ ਤੇ ਉੱਤੇ ਅਪਲੋਡ ਕਰਦੇ ਰਹੇ ਨੇ ਹਾਂ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੁਹਾਨੂੰ ਦੱਸ ਤੀਏ ਕਿ ਜੋ ਐਡਮਿਟ ਕਾਰਡ ਆਏ ਨੇ ਜਦੋਂ ਤੁਸੀਂ ਲਿੰਕ ਦੇ ਉੱਪਰ ਕਲਿੱਕ ਕਰੋਗੇ ਜੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੈ ਤਾਂ ਤੁਸੀਂ ਇਸ ਤਰ੍ਹਾਂ ਦਾ ਇੰਟਰਫੇਸ ਦੇਖੋਗੇ ਇਸ ਦੇ ਵਿੱਚ ਤਿੰਨ ਆਪਸ਼ਨ ਦਿੱਤੀਆਂ ਹੋਈਆਂ ਨੇ ਵਿਜ਼ਿਟ 트리플 ਐਸ ਵੀ ਵੈਬਸ ਪੰਜਾਬ ਵੈਬਸਾਈਟ ਡਾਊਨਲੋਡ ਐਡਮਿਟ ਕਾਰਡ ਰੋਲ ਨੰਬਰ ਡਾਊਨਲੋਡ ਐਡਮਿਟ ਕਾਰਡ ਅਪਲੀਕੇਸ਼ਨ ਨੰਬਰ ਉਸ ਤੋਂ ਉਸ ਦੇ ਵਿੱਚ ਤੁਸੀਂ ਡਾਊਨਲੋਡ ਐਡਮਿਟ ਕਾਰਡ ਰੋਲ ਨੰਬਰ ਵਾਲੇ ਤੇ ਕਲਿੱਕ ਕਰਨਾ ਹੈ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਇੰਟਰਫੇਸ ਨਜ਼ਰ ਆਵੇਗਾ ਇਸ ਦੇ ਵਿੱਚ ਜੋ ਰੋਲ ਨੰਬਰ ਹੈ ਤਾਨੂੰ ਈਮੇਲ ਆਈ ਹੈ ਉਸ ਦੇ ਵਿੱਚ ਤੁਹਾਡਾ ਰੋਲ ਨੰਬਰ ਵੀ ਹੈ ਤੇ ਨੈਵੀਗੇਸ਼ਨ ਤੁਸੀਂ ਕਿਹੜੀ ਜਗ੍ਹਾ ਤੇ ਲੋਕੇਸ਼ਨ ਪਹੁੰਚ ਕਿਹੜੀ ਜਗ੍ਹਾ ਤੇ ਪਹੁੰਚਣਾ ਹੈ ਉਸ ਦੀ ਲੋਕੇਸ਼ਨ ਵੀ ਆਈ ਹੈ ਤੁਸੀਂ ਰੋਲ ਨੰਬਰ ਇੱਥੇ ਫਿਲ ਕਰਨਾ ਹੈ ਤੇ ਉਸ ਤੋਂ ਬਾਅਦ ਆਪਣੀ ਡੇਟ ਆਫ ਬਰਥ ਫਿਲ ਕਰਨੀ ਹੈ ਤੇ ਉਸ ਤੋਂ ਬਾਅਦ ਜਨਰੇਟ ਐਡਮਿਟ ਕਾਰਡ ਦੇ ਉੱਤੇ ਕਲਿੱਕ ਕਰੋਗੇ ਤਾਂ ਤੁਸੀਂ ਡਾਊਨਲੋਡ ਕਰ ਸਕੋਗੇ ਆਪਣਾ ਐਡਮਿਟ ਕਾਰਡ ਕਈ ਲੋਕ ਇਸ ਨੂੰ ਗਲਤ ਤਰੀਕੇ ਨਾਲ ਡਾਊਨਲੋਡ ਕਰ ਰਹੇ ਨੇ ਉਹ ਐਪਲੀਕੇਸ਼ਨ ਨੰਬਰ ਭਰ ਕੇ ਡਾਊਨਲੋਡ ਕਰ ਰਹੇ ਨੇ ਕਈ ਉਸ ਵੇਲੇ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਤੁਸੀਂ ਆਪਣਾ ਰੋਲ ਨੰਬਰ ਤੇ ਡੇਟ ਆਫ ਬਰਥ ਭਰ ਕੇ ਦੇਖੋ ਤੇ ਐਡਮਿਟ ਕਾਰਡ ਡਾਊਨਲੋਡ ਕਰੋ ਦੱਸੋ ਕਿੰਨਾ ਕਿੰਨਾ ਨੇ ਡਾਊਨਲੋਡ ਕਰ ਲਿਆ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਲਿੰਕ ਵੀ ਦੇ ਦੇਵਾਂਗਾ ਤੁਸੀਂ ਕਮੈਂਟ ਵੀ ਜਰੂਰ ਕਰਨਾ ਜਿਨ੍ਹਾਂ ਨੇ ਡਾਊਨਲੋਡ ਕਰ ਲਿਆ ਆਪਣਾ ਐਡਮਿਟ ਕਾਰਡ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਸ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰਿਓ ਧੰਨਵਾਦ